ਸਤਨਾਮ ਵਾਖੇ ਗੁਰੂ ਜੀਓ ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀਰਾ ਹਾਲੇ ਅਕਿਰਤ ਕਣਹ ਪੂਰਨ ਦ੍ਰਿਸ਼ਟ ਤੇਰੀ ਰਾਂ ਸਤਨਾਮ ਵਾਹਿ ਗੁਰੂ ਜੀਓ ਰਾਮ ਕਲੀ ਮਹੱਲਾ ਨੋਆ ਸਾਦੋ ਕੌਨੁ ਜੁਗਤਿ ਅਬ ਕੀਜੈ ਜਾਣੇ ਦੁਰਮਤ ਸਗਲ ਬినాਸੈ ਰਾਮ ਭਗਤ ਮਨ ਪੀਜੈ ਰਹਾ ਮਨ ਮਾਇਆ ਮੈਂ ਉਰਜ ਰਿਓ ਹੈ ਭੋਜਨ ਕਿਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਬਾਨਾ ਬੈ ਦਇਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸ ਬਾਸੁਰ ਮੈਂ ਨਿਮਕ ਏਕ ਉਰ ਤਾਰੈ ਜਮ ਕੋ ਤਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੋ ਪ੍ਰਾਣੀ ਨਾਰਾਇਣ ਸੁਦਲੇ ਚਿਨ ਚਿਨਿ ਆਦ ਕਟੈ ਨ ਸੁਬਾਸੁਰ ਬਿਰਥਾ ਜਾਤ ਹੈ ਦੇਰਾਉ ਤਰਨਾਪੋ ਬਿਖਿ ਅਨ ਸੋ ਖੋਇਓ ਬਾਲਪਨ ਅਗਿਆਨ ਬਿਰਦ ਪਇਓ ਅਜ ਹਉ ਨਹੀਂ ਸਮਝੈ ਕੋਣ ਕੁਮਤ ਉਰ ਜਾਣਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖਨ ਤਾ ਕੋ ਗਾਇਓ ਮਾਇਆ ਕਉ ਮਦ ਕਹ ਕਰਤ ਹੈ ਸੰਗ ਨ ਕਹਉ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਇ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਇ ਵਾਜ ਰੁਜੀਕਾ ਖਲਸਾ ਵਾਜ ਰੁਜੀਕੀ ਫਤੇ ਤਨ ਤਨ ਸਤਗੁਰੂ ਗੁਰੂ ਤੇ ਬਹਾਦਰ ਪਾਤਸ਼ਾਹ ਮਹਾਰਾਜ ਸਾਡੇ ਜੀਵਾਂ ਉੱਪਰ ਰੱਬੀ ਰਹਿਮਤ ਜੋ ਵਰਸਾਰੇ ਕਰਨ ਮਹਾਰਾਜ ਜੀ ਦੀ ਕਿਰਪਾ ਨਾਲ ਸਤਗੁਰਾਂ ਦੇ ਬਚਨਾਂ ਵਿੱਚ ਸੁਰਤੀ ਦਾ ਇਸ਼ਨਾਨ ਸਤਗੁਰੂ ਕਰਵਾ ਰਹੇ ਨੇ ਔਰ ਸਤਿਗੁਰੂ ਜੀ ਮਿਹਰ ਕਰਕੇ ਸਾਨੂੰ ਸਾਡੇ ਅੰਦਰ ਨਾਲ ਜੋੜਨ ਜੁੜ ਕੇ ਜਿਹੜੀ ਜ਼ਿੰਦਗੀ ਦੇ ਆਨੰਦ ਖਾਨ ਉਹ ਸੀ ਮਾਣ ਸਕੀਏ RAM ਕਲੀ ਰਾਗ ਦੇ ਇਹ ਦੋ ਸ਼ਬਦਾਂ ਦੇ ਅੱਜ ਆਪਾਂ ਪਾਠ ਸਰਵਨ ਕੀਤੇ ਖਾਨ ਅੱਜ ਗੁਰੂ ਦਾਤਾ ਜੀ ਆਪੇ ਕਿਰਪਾ ਕਰਕੇ ਸਾਡੇ ਵੱਲੋਂ ਆ ਕੇ ਸਵਾਲ ਦੱਸ ਰਹੇ ਖੜਾ ਕਰ ਰਹੇ ਨੇ ਤੇ ਜਵਾਬ ਸਤਗੁਰੂ ਜੀ ਆਪ ਕਿਰਪਾ ਕਰਕੇ ਜਪਣ ਵਾਲਿਆਂ ਦੇ ਰਾਈ ਦਵਾਰੇ ਨੇ ਅੱਜ ਦੇ ਸ਼ਬਦ ਦੇ ਅੰਦਰ ਸਵਾਲ ਏ ਭਈ ਸਾਧੂ ਕੌਣ ਜੁਗਤ ਆਬ ਕੇ ਜੈ ਕੋਈ ਆਖੋ ਜੀ ਜੁਗਤੀ ਦੱਸੀ ਜਾਓ ਢੰਗ ਤਰੀਕਾ ਦੱਸੋ ਜਿਹਦੇ ਨਾਲ ਅੰਦਰੋਂ ਜਾਤ ਤੇ ਦੁਰਮਤ ਸਗਲ ਬਿਨਾਸ ਹੈ ਜਿੰਨੀਆਂ ਭੈੜੀ ਮਾਤ ਤੇ ਸਾਡੀ ਜਿਹੜੀ ਸਾਥੋਂ ਪਾਪ ਕਰਵਾਂ ਦੀ ਵਾਹਿਗੁਰੂ ਤੋਂ ਦੂਰ ਲੈ ਕੇ ਜਾਂਦੀ ਏ ਔਗਣਾ ਨੂੰ ਆਵਾਜ਼ ਮਾਰਦੀ ਏ ਇਹ ਅੰਦਰੋਂ ਖਤਮ ਹੋ ਜਾਵੇ ਤੇ RAM ਭਗਤ ਮਨ ਭਿਜੈ ਵਾਹਿਗੁਰੂ ਦੀ ਭਗਤੀ ਵਿੱਚ ਮਨ ਭਿਜ ਜਾਵੇ ਭਿਜਦਾ ਮਤਲਬ ਵਾਹਿਗੁਰੂ ਦੇ ਪਿਆਰਾਂ ਦਾ ਰੰਗ ਚੜ ਜਾਏ ਸੁਰਤੀ ਗੁਡੂੰਦ ਕੋ ਜਾਏ ਵਾਹਿਗੁਰੂ ਦੇ ਪਿਆਰਾਂ ਵਿੱਚ ਉਹਦੇ ਨਾਮ ਅੰਦਰ ਮਸਤ ਹੋ ਜਾਵੇ ਇਹ ਜੀ ਦੁਨੀਆ ਦੀ ਪਕੜ ਨਾ ਰਵੇ ਤੇ ਨਾ ਦੁਨੀਆਂ ਦੀ ਕੋਈ ਪਰੇਸ਼ਾਨੀ ਰਵੇ ਸਤ ਸੰਗੀਵਾਜ ਸਵਾਲ ਹੈ ਕਿ ਕਿਹੜੀ ਜੁਗਤੀ ਨੂੰ ਅਪਣਾਇਆ ਜਾਏ ਜਿਹਦੇ ਨਾਲ ਉਹਨਾਂ ਦੇ ਪਿਆਰਾਂ ਦਾ ਰੰਗ ਚੜੇ ਭੈੜੀ ਮਤ ਦੂਰ ਹੋਵੇ ਕਿਉਂਕਿ ਜਿਹੜਾ ਮਨ ਇਹਨ ਮਾਇਆ ਵਿੱਚ ਉਲਜਾਇਆ ਹੋਇਆ ਬੁਰੀ ਤਰ੍ਹਾਂ ਉਲਝ ਸਕਦੇ ਆ ਪਰ ਉਹ ਨਿੱਤਲਣਾ ਚਾਹੁੰਦੇ ਆ ਤੇ ਸਾਨੂੰ ਕੋਈ ਢੰਗ ਤਰੀਕਾ ਦਿਸਦਾ ਨਹੀਂ ਸਾਹਿਬ ਕਹਿੰਦੇ ਮਨ ਮਾਇਆ ਮੈਂ ਉਰਜ ਰਿਓ ਹੈ ਬੁੱਝੇ ਨਹੀਂ ਕਛ ਗਿਆਨਾ ਗਿਆਨ ਲੈਣਾ ਚਾਹਨਾ ਉਰਜਿਆ ਹੈ ਪਿਉਨ ਕੀ ਕਰਾਂ ਕਿਹੜੀ ਯੁਗਤੀ ਅਪਣਾਵਾਂ ਸਿੱਧਾ ਵਾਹਿਗੁਰੂ ਕਮਾਂ ਤੇ ਗੱਲ ਬਣਦੀ ਨਹੀਂ ਕੌਣ ਨਾਮ ਜਗ ਜਾਕੈ ਸਿਮਰੈ ਕੋਇਆ ਕੋਜਾ ਮੰਤਰ ਦੱਸੋ ਜਿਹਨੂੰ ਇਸ ਜਗਤ ਵਿੱਚ ਰਹਿ ਕੇ ਸਭ ਤੋਂ ਉੱਚਾ ਮੰਤਰ ਹੋਵੇ ਜਿਹੜਾ ਛੇਤੀ ਛੇਤੀ ਸਾਡਾ ਕਾਰਜ ਰਾਸ ਕਰੇ ਪਾਵੈ ਪਦ ਨਿਰਵਾਣਾ ਜਿਹਦੇ ਨਾਲ ਅਸੀਂ ਨਿਰਵਾਣ ਪਦਵੀ ਤੇ ਪਹੁੰਚ ਜਾਈਏ ਹੁਣ ਸਵਾਲ ਕੀਤਾ ਕਿ ਜੁਗਤੀ ਚਾਹੀਦੀ ਏ ਮਨ ਮਾਇਆ ਚੋਂ ਨਿਕਲ ਕੇ ਰੱਬ ਦੇ ਦੇਸ਼ ਚਲਾ ਜਾਏ ਉਹ ਜੁਗਤੀ ਦੱਸੀ ਜਾਵੇ ਜਿਹਦੇ ਨਾਲ ਅੰਦਰੋਂ ਭੈੜੀ ਮਤ ਖਤਮ ਹੋਵੇ ਤੇ ਗੁਰੂ ਦੀ ਦਿੱਤੀ ਹੋਈ ਮਤ ਅੰਦਰ ਪਰਵੇਸ਼ ਕਰ ਜਾਏ ਐਖੋ ਜੀ ਕੋਈ ਜੁਗਤੀ ਦੱਸੋ ਜਿਹਦੇ ਨਾਲ ਜ਼ੁਬਾਨੀ ਕਲਾਮੀ ਐਵੇਂ ਨਾ ਵਾਹਿਗੁਰੂ ਕਵਾਂ ਉਹਦੇ ਵਿੱਚ ਪਿਆਰਾਂ ਦਾ ਰੰਗ ਚੜ ਜਾਏ ਤੇ ਉਹਦੇ ਪਿਆਰ ਵਿੱਚ ਖੀਵਾ ਖੋਇਆ ਤੁਰਿਆ ਫਿਰਾਂ ਸਤਸੰਗੀਓ ਬਹੁਤ ਕੀਮਤੀ ਏ ਸਵਾਲ ਏ ਤੇ ਲਗਭਗ ਆਪਾਂ ਸਾਰੇ ਹੀ ਜਾਣੇ ਆ ਕੋਈ ਸੌਖਾ ਜਿਹਾ ਤਰੀਕਾ ਹੋਵੇ ਕੋਈ ਸਾਡੇ ਸਾਹਮਣੇ ਕੋਈ ਸਿੰਪਲ ਜੀ ਕੋਈ ਉਦਾਹਰਨ ਹੋਵੇ ਜਿਹਨੂੰ ਵੇਖ ਕੇ ਆਪਾਂ ਅਸੀਂ ਵੀ ਅਪਣਾਈਏ ਤੇ ਸਾਡਾ ਕਾਰਜ ਛੇਤੀ ਹੋ ਜਾਵੇ ਸ੍ਰੀਮਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੁਗਤੀ ਤੋਂ ਬਗੈਰ ਨਹੀਂ ਕੰਮ ਬਣਦਾ ਜੇ ਜੁਗਤੀ ਹੋਵੇ ਤੇ ਵੱਡੇ ਵੱਡੇ ਜਿਹੜੇ ਕੰਮ ਨੇ ਨਾ ਜਿਹੜੇ ਆਪਾਂ ਸੋਚਦੇ ਸਾਥੂ ਹੋਣੇ ਨਹੀਂ ਜੇ ਸਹੀ ਜੁਗਤੀ ਮਿਲ ਜਾਵੇ ਤੇ ਉਹ ਕੰਮ ਬੜੇ ਆਸਾਨ ਆਸਾਨ ਤਰੀਕੇ ਨਾਲ ਹੋ ਜਾਂਦੇ ਨੇ ਉਹ ਕਹਿੰਦੇ ਜਿਵੇਂ ਚੱਕੀ ਦੇ ਪੁੱੜ ਨੇ ਕਿਤਨੇ ਵੱਡੇ ਭਾਰੇ ਬੜੇ ਕਾਣ ਕੋਈ ਕਭੀ ਇਕੱਲੇ ਬੰਦੇ ਨੂੰ ਚੁੱਕ ਲਾਓ ਕੋਈ ਹੋਏਗਾ ਬਹੁਤ ਤਕੜਾ ਜਵਾਨ ਇੱਕ ਚੁੱਕ ਲਵੇਗਾ ਕੋਈ ਦੋ ਕੋਈ ਵਿਰਲਾ ਪਰ ਆਹ ਬਹੁਤ ਭਾਰੇ ਨਹੀਂ ਚੁੱਕੇ ਨਹੀਂ ਜਾਂਦੇ ਉਹਨਾਂ ਨੂੰ ਕੀ ਕੀਤਾ ਜਾਏ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣੇ ਮੰਨ ਲਓ 50 ਜਾਂ 100 ਕਿਲੋਮੀਟਰ ਦੂਰ ਭਰੂਤਿ ਪੋੜ ਚੁੱਕੇ ਇਤੋਂ ਚਾਰ ਕਦਮਾਂ ਤੇ ਨਹੀਂ ਲੈ ਕੇ ਜਾ ਸਕਦੇ ਚੁੱਕੇ ਨਹੀਂ ਜਾਣੇ ਕੋਈ ᔪਗਤੀ ਸਿਆਣੇ ਕਹਿੰਦੇ ਨੇ ਇਨਾਂ ਪੁੜਾਂ ਦੇ ਅੰਦਰ ਜੋ ਮੋਰੀ ਏ ਉਹਦੇ ਵਿੱਚ ਕੋਈ ਤਾਰ ਕੋਈ ਲੋਹੇ ਦੀ ਕੋਈ ਰੱਸਾ ਕੋਈ ਸੰਗਲ ਪਾ ਕੇ ਉਸ ਨੂੰ ਕਿਸੇ ਜੰਤਰ ਨਾਲ ਗੁਰੂ ਕੇ ਪਿਆਰਿਓ ਜੇ ਖਿੱਚ ਕੇ ਲਜਾਈਏ ਤੇ ਜਿੱਥੇ ਮਰਜੀ ਲੈ ਜਾਵਾਂ ਆਪਾਂ ਵੇਖਦੇ ਇਨਸਾਨ ਨੇ ਕਿ ਖੁਜ ਜੰਤਰ ਬਣਾਏ ਨੇ ਦੋ ਚੱਕੀ ਦੇ ਪੋੜ ਕੀ ਬਾਰੇ ਖਜਾਰਾ ਮਨ ਪੱਥਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਧਰਤੀ ਦੇ ਉੱਪਰ ਉੱਪਰ ਹੀ ਜੇ ਸ਼ਿਪਾਂ ਤੋਂ ਬਗੈਰ ਵੀ ਵੇਖੀਏ ਤੇ ᔪਗਤੀ ਹੈ ਨਾ ਜਿਹੜਾ ਸਾਤ ਸੰਗਤ ਭਾਈ ਸਾਹਿਬ ਕਹਿੰਦੇ ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ ਕਲਾ ਕੀਏ ਲਾ ਲਿਏ ਜਾਤ ਅਚਤ ਅਚਿਤ ਖੀ ᔪਗਤੀ ਨਾਲ ਉਹਨੂੰ ਖਿੱਚ ਕੇ ਬੰਦਾ ਕਿੱਥੇ ਦਾ ਕਿੱਥੇ ਲੈ ਜਾਂਦਾ ਹੈ ਜੈਸੇ ਗੱਜ ਕੇ ਕਰਨਾ ਬਲ ਕੀ ਬਸ ਖੋਤ ਖਾਤੀ ਇਹਦਾ ਸ਼ੇਰ ਉਹਨਾਂ ਨੂੰ ਵਸ ਕਰਨਾ ਹੋਵੇ ਸਿੱਧਾ ਤੋਂ ਪਹਿ ਜਾਣਗੇ ਉਹਨਾਂ ਨੂੰ ਅਸੀਂ ਕਾਬੂ ਕਰ ਹੀ ਨਹੀਂ ਸਕਦੇ ਪਰ ਯਤਨ ਕਿਆਨੀਤ ਸਮਤ ਸਮਤ ਹੀ ਬੰਦੇ ਕੋਲ ਜੁਗਤੀਆਂ ਨੇ ਖਾਤੀ ਨੂੰ ਕਿਵੇਂ ਪਕੜਨਾ ਹੈ ਸ਼ੇਰ ਨੂੰ ਕਿਵੇਂ ਪਕੜਨਾ ਹੈ ਜੈਸੇ ਸਰਤਾ ਪਰਬਲ ਦੇਖਤ ਧਿਆਨ ਰੂਪ ਕੋਈ ਨਦੀ ਪਾਰ ਕਰਨੀ ਇੰਨੀ ਚੌੜੀ ਨਦੀ ਤਰਿਆ ਪਾਣੀ ਉਹਦੇ ਚ ਬਹੁਤ ਠਾਠਾ ਮਾਰ ਰਿਹਾ ਸਰਕ ਕੋਣੀ ਨਹੀਂ ਤੁਰ ਕੇ ਜਾਇਆ ਨਹੀਂ ਜਾਂਦਾ ਕੀ ਕਰਾਂਗੇ ਜੁਗਤੀ ਇਹ ਤੇ ਲੱਕੜ ਦੀ ਬੇੜੀ ਤੇ ਚੜ ਜੋ ਤੇ ਪਾਰ ਹੋ ਜਾਓਗੇ ਕਿਰਮ ਮੈਂ ਚੜੇ ਚੜ ਪਾਰ ਉਤਰ ਤੁਰਤ ਕੇ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਨਾ ਅਸੀਂ ਉਲਝ ਗਏ ਆ ਇਸ ਮਨ ਨੇ ਸਾਨੂੰ ਉਲਝਾ ਲਿਆ ਹੈ ਇਹ ਦੇ ਕਰਕੇ ਸਾਨੂੰ ਕਦੇ ਜ਼ਿੰਦਗੀ ਚਾਰ ਕੁ ਦਿਨ ਸੁੱਖ ਹੁੰਦਾ ਫਿਰ ਕੋਈ ਦੁੱਖ ਆ ਜਾਂਦਾ ਬਸ ਸਾਰੀ ਜ਼ਿੰਦਗੀ ਦੁੱਖ ਸੁੱਖ ਵਿੱਚ ਹੀ ਲੰਘ ਰਹੀਏ ਤੈ ਐਸੇ ਦੁੱਖ ਸੁੱਖ ਬੋ ਵਿਕਮ ਸੰਸਾਰ ਵਿਖੇ ਬਹੁਤ ਦੁੱਖ ਸੁੱਖ ਨੇ ਕੀ ਕੀਤਾ ਜਾਵੇ ਆਪ ਵੀ 10 ਦਿਨ ਕਹਿੰਦੇ ਜੇ ਕੋਈ ਸਿੱਧਾ ਇਹਦੇ ਚੋਂ ਨਿਕਲਣਾ ਚਾਹੇ ਨਾ ਫੇ ਪੜ੍ਹ ਲਿਖ ਕੇ ਨਿਕਲਾ ਤੇ ਬਾਰੇ ਉਹ ਪੜ੍ਹੇ ਲਿਖਿਆਂ ਦੇ ਘਰ ਦੁੱਖ ਹੋਣਾ ਹੀ ਨਹੀਂ ਚਾਹੀਦੇ ਪਰ ਉੱਥੇ ਤੇ ਵੇਖੇ ਨਹੀਂ ਜਾਂਦੇ ਜੇ ਇਹ ਕੇਵਲ ਪੈਸੇ ਵਾਲੇ ਦੇ ਨਾਲ ਹੀ ਦੁੱਖ ਸੁੱਖ ਦਾ ਸਬੰਧ ਹੋਵੇ ਤੇ ਬੜੇ ਬੜੇ ਅਮੀਰ ਆਦਮੀ ਰੋਂਦੇ ਨਾ ਤੱਕੀਏ ਨਹੀਂ ਕਹਿੰਦੇ ਦੀ ਚੋਂ ਨਿਕਲਨੀ ਗੁਰ ਉਪਦੇਸ਼ ਜਲ ਜਲ ਜਾਏ ਜਤ ਕੇ ਕਹਿੰਦੇ ਦੇ ਵਿੱਚ ਗੁਰੂ ਦਾ ਉਪਦੇਸ਼ ਚਾਹੀ ਤਾ ਕਹ ਜਿਹਦੇ ਕੋਲ ਉਹ ਹੈ ਨਾ ਸਤਗੁਰੂ ਜੀ ਕੋਲ ᔪਗਤੀਆਂ ਨੇ ਉਹ ਕਿਰਪਾ ਕਰਕੇ ਇਹਦੇ ਚੋਂ ਬਾਹਰ ਕੱਢ ਲੈਂਦੇ ਨੇ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਸਾਰੀਆਂ ᔪਗਤੀਆਂ ਹੀ ᔪਗਤੀਆਂ ਨੇ ਕੋਈ ਪੁੱਛੇ ਨਾ ਕਿ ਕਿਹੜੀ ᔪਗਤੀ ਇਕ ਓੰਕਾਰ ਤੋਂ ਲੈ ਕੇ ਤੁਰਪਉ 18 10 20 ਤੱਕ ਪਿਆਰਿਓ ਜੇ ਕੋ ਤੁਰਨ ਵਾਲਾ ਸਮਝਣ ਵਾਲਾ ਕੋ ਹੋਵੇ ਸਹੀ ਇਹ ਵੱਖ-ਵੱਖ ਜ਼ੁਗਤੀਆਂ ਨੇ 1430 ਪੰਨਿਆਂ ਤੇ ਕਿਉਂ ਜੇਕਰ ਸਤਿਗੁਰੂ ਜੀ ਦਾ ਬੱਚੇ ਨੇ ਸਿਧਾਂਤ ਹੀ ਵੇ ਪਰਮੇਸ਼ਰ ਨੂੰ ਮਿਲਾਨਾ ਹੈ ਤੋ ਉਹਦੇ ਤਰੀਕੇ ਨੇ ਹਜ਼ਾਰਾਂ ਹੀ ਤਰੀਕੇ ਜ਼ੁਗਤੀਆਂ ਦੱਸੀਆਂ ਗਈਆਂ ਨੇ ਹਜ਼ਾਰਾਂ ਕਿਉਂ ਕਿਉਂਕਿ ਸਾਡੇ ਜਿੰਨੇ ਵੀ ਅਸੀਂ ਇਨਸਾਨ ਸਾਡੇ ਸਾਰਿਆਂ ਦੇ ਮਨ ਇੱਕੋ ਜੇ ਨਹੀਂ ਸਾਡੇ ਘਰ ਦੇ ਹਾਲਾਤ ਇੱਕੋ ਜੇ ਨਹੀਂ ਸਾਡੇ ਪੂਰਬਲੇ ਕਰਮ ਇੱਕੋ ਜੇ ਨਹੀਂ ਸਾਡੀ ਕਿਰਤ ਇੱਕੋ ਜੇ ਨਹੀਂ ਸੋ ਸਾਡੀ ਕਿਰਤ ਵੱਖਰੀ ਏ ਸੁਭਾਅ ਵੱਖਰੇ ਨੇ ਸਾਡੇ ਪਿਛਲੇ ਕਰਮ ਜਿਹੜੇ ਆਇਆਂ ਜੂਨਾ ਭੁਗਤ ਕੇ ਉਹਦੇ ਮੁਤਾਬਕ ਸਾਡੇ ਕਰਮ ਵੱਖਰੇ ਨੇ ਸਾਡੀਆਂ ਨੌਕਰੀਆਂ ਵੱਖਰੀਆਂ ਨੇ ਕੋਈ ਖੇਤੀਬਾੜੀ ਕਰ ਰਿਹਾ ਏ ਕੋਈ ਕਿਸੇ ਦੀ চাকਰੀ ਕਰ ਰਿਹਾ ਏ ਕੋਈ ਕਿਧਰੇ ਨੌਕਾ ਹੈ ਕਿਧਰੇ ਕੋ ਮਾਲਕ ਹੈ ਸਾਰਾ ਕੁਝ ਕੋਈ ਦੁਕਾਨਦਾਰ ਹੈ ਤੋ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਸਾਰਿਆਂ ਦਾ ਫਿਕਰ ਹੈ ਸਹਿਬਾਂ ਨੇ ਇਸ ਕਰਕੇ ਖਜਾਨਾ ਕੀ ਤਰੀਕਿਆਂ ਨਾਲ ਸਮਝਾਇਆ ਵੀ ਜਿਹੜਾ ਮਰਜੀ ਪਕੜ ਲਵੋ ਪਰ ਤੁਰ ਪਵੋ ਸੁਜੁਗਤੀ ਨੂੰ ਸੁਣ ਕੇ ਇਹ ਨਹੀਂ ਕਿ ਸੁਣਨ ਤੋਂ ਬਾਅਦ ਜਪਜੀਤ ਸਾਹਿਬ ਪੜ ਲਿਆ ਕੁਛ ਨਹੀਂ ਬਣਿਆ ਹੁਣ ਰਹਿਰਸ ਕਰਕੇ ਵੇਖ ਲਈਏ ਫਿਰ ਨਹੀਂ ਬਣਿਆ ਸਾਹਿਬ ਕਹਿੰਦੇ ਜਪਜੀ ਦੇ ਪਾਠ ਨੂੰ ਕਰਕੇ ਉਹਦੇ ਨਾਲ ਤੁਰ ਮਿਸਾਲ ਦੇ ਤੌਰ ਤੇ ਸਤਪੁਰਸ਼ਾਂ ਨੇ ਕਿਤਨਾ ਪਿਆਰਾ ਬਚਨ ਸਮਝਾਇਆ ਕਿਨੇ ਮੂਲ ਮੰਤਰ ਤੋਂ ਬਾਅਦ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ ਉਹਦੇ ਵਿੱਚ ਹੀ ਸਹਿਬਾ ਨੇ ਇੱਕ ਪਾਸੇ ਮਨ ਦੀ ਹਾਲਤ ਦੱਸੀ ਏ ਤੇ ਦੂਜੇ ਪਾਸੇ ਉਹਦੇ ਸੁਮਨ ਤੋਂ ਬਚਨ ਦੇ ਹਾਲਾਤ ਦੱਸੇ ਨੇ ਕਿ ਇਹਦੇ ਤੋਂ ਆਪਾਂ ਕਿਵੇਂ ਵੱਚ ਸਕਦੇ ਹਾਂ ਪਹਿਲੀ ਪੌੜੀ ਕਿ ਭਾਵੇਂ ਵਿਦਵਾਨ ਲੋਕਾਂ ਨੇ ਆਪੋ ਆਪਣੀ ਮਤ ਮੁਤਾਬਕ ਉਹਨਾਂ ਨੇ ਅਰਥ ਕੀਤੇ ਨੇ ਸਤਪੁਰਸ਼ ਕਹਿੰਦੇ ਮਨ ਦੀ ਵਿਆਖਿਆ ਮਨ ਕੀ ਕਰਦਾ ਸੋਚੈ ਸੋਚਨਾ ਕੋਵੇ ਜੇ ਸੋਚੀ ਲੱਖ ਵਾਰ ਸੋਚ ਦਾ ਅਰਥ ਹੁੰਦਾ ਪਵਿੱਤਰ ਸਾਧ ਸੰਗਤ ਕੁਝ ਵਿਦਵਾਨ ਦਾ ਅਰਥ ਸੋਚਦਾ ਕਰਦੇ ਨੇ ਸੋਚਾਂ ਆਈ ਜਾਣੀਆਂ ਕਹਿੰਦੇ ਜੇ ਆਪਾਂ ਖੁਦ ਚਾਹਾਂਗੇ ਨਾ ਇਸ ਮਨ ਨੂੰ ਪਵਿੱਤਰ ਕਰਨਾ ਮੈਲੇ ਨੂੰ ਮੈਲ ਬੜੀ ਲਕੀ ਹੋਈ ਜਿੰਨਾ ਕਰਾਂਗੇ ਇਨ ਨੂੰ ਪਿਆਰ ਉਹਨੀ ਵੱਧ ਮੈਲ ਚੜਦੀ ਜਾਂਦੀ ਇੱਕ ਮੈਲ ਉੱਤਰ ਦੀ ਕ੍ਰੋਧ ਦੀ ਤੇ ਹੰਕਾਰ ਦੀ ਚੜ ਜਾਂਦੀ ਹੰਕਾਰ ਤੋਂ ਬਚਿਆਂ ਤੇ ਲਾਲਚ ਦੀ ਮੈਲ ਚੜ ਜਾਂਦੀ ਬੈਰ ਵਿਰੋਧ ਆਪ ਕੋਈ ਪਵਿੱਤਰ ਹੋਣਾ ਚਾਹਵੇ ਨਹੀਂ ਹੋ ਸਕਦਾ ਆਪਣੀਆਂ ਸੋਚਾਂ ਨੂੰ ਕੋਈ ਆਪ ਬੰਦ ਕਰਨਾ ਚਾਹਵੇ ਕਦੇ ਹੋ ਹੀ ਨਹੀਂ ਸਕਣਾ ਹੈ ਕੋਈ ਮਾਈ ਦਾ ਲਾਲ ਜਿਹੜਾ ਕਵੀ ਮੈਂ ਖਿਆਲਾਂ ਨੂੰ ਆਪ ਰੋਕ ਲਵਾਂਗਾ ਮਹਾਰਾਜ ਪਰਮਾਤਮਾ ਰੋਕਣ ਤੇ ਰੁਕਦਾ ਆਪ ਨਹੀਂ ਮੈਂ ਬੇਨਤੀ ਕਰਿਆ ਸਾਂ ਮਨ ਜਿਸ ਦੀ ਆਖੇ ਅਸੀਂ ਲੱਗਦੇ ਹਾਂ ਜ਼ਿੰਦਗੀ 'ਚ ਉਹ ਕਿਖੋ ਜ ਹੈ ਜਿਸ ਨੂੰ ਅਸੀਂ ਆਗੂ ਬਣਾ ਕੇ ਤੁਰੇ ਹਾਂ ਜਿਹਦੇ ਕਰਕੇ ਅਸੀਂ ਦੁਖੀ ਕਦੇ ਸੁਖੀ ਹੁੰਨੇ ਆ ਤੇ ਪਰੇਸ਼ਾਨ ਸਤਿਗੁਰੂ ਜੀ ਕਹਿੰਦੇ ਸੋਚੈ ਸੋਚਨਾ ਖੋਬਈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਇਹ ਸਦਾ ਹੀ ਭੁੱਖਾ ਰੱਖਦਾ ਸਾਨੂੰ ਅੱਜ ਤੱਕ ਵੇਖਿਆ ਜੇ ਕੋਈ ਬੰਦਾ ਕਵੇ ਭਈ ਬਸ ਜੋ ਕੁਝ ਮੇਰੇ ਕੋਲ ਹੈ ਮੇਰੇ ਲਈ ਬਹੁਤ ਹੈ ਬਾਹਰੋਂ ਨਾ ਵੀ ਕਹੇਗਾ ਅੰਦਰੋਂ ਹੋਰ ਕੁਝ ਚਾਹੁੰਦਾ ਹੈ ਤਨ ਚਾਵੇ ਸ਼ੋਰਤ ਚਾਵੇ ਕੁਝ ਨਾ ਕੁਝ ਮੰਗ ਕੈ ਸਦਾ ਹੀ ਭੁੱਖਾ ਰੱਖੇਗਾ ਚੁੱਪੇ ਚੁਪਨੋ ਜੇ ਲਾਇ ਰੱਖਾਂ ਲਿਵਤਾਰ ਫਿਰ ਚੁੱਪ ਨਹੀਂ ਕਰਦਾ ਸਦਾ ਹੀ ਅੰਦਰੋਂ ਰੋਲਾ ਪਾਈ ਰੱਖਦਾ ਹੈ ਯਤਨ ਵੀ ਕਰੋਗੇ ਹਨੇਕ ਨਾ ਬਾਹਰ ਚੁੱਪ ਉйда ਅੰਦਰੋਂ ਰੌਲਾ ਅਠੀ ਪੈਰ ਦਾ ਇੰਨਾ ਰੌਲਾ ਪਾਉਂਦਾ ਹੈ ਬੰਦੇ ਨੂੰ ਡਿਪਰੈਸ਼ਨ ਚ ਲੈ ਜਾਂਦਾ ਚੁੱਪੀ ਨਹੀਂ ਖੁੰਦਾ ਤੇਵਰੇ ਲੋਕੀ ਸੁਸਾਈਡ ਕਰਦੇ ਨੇ ਕਿਉਂਕਿ ਅੰਦਰ ਦਾ ਰੌਲਾ ਹੁਣ ਆਤਮਾ ਬਰਦਾਸ਼ਤ ਨਹੀਂ ਕਰਦੀ ਤੂੰ ਚੁੱਪੇ ਚੁੱਪ ਨਾ ਹੋ ਵੀ ਜੇ ਲਾਇ ਰੱਖਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਲ ਸਹਿ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੇ ਨਾਲ ਹਜ਼ਾਰਾਂ ਸਿਆਣਪਾਂ ਹੋਣ ਉਹ ਵੀ ਇਸ ਅੰਦਰ ਨੂੰ ਸ਼ਾਂਤ ਨਹੀਂ ਕਰਦੀਆਂ ਕਿਵ ਸਚਿਆਰਾ ਕੋਈ ਏ ਪੁੱਛਦਿਆਂ ਜੁਗਤੀ ਦੱਸੋ ਤਰੀਕਾ ਦੱਸੋ ਕਿਵ ਕੂੜਾ ਟੁੱਟੇ ਪਾਲ ਇਸ ਕੂੜ ਦੀ ਕੰਨ ਦੇ ਪਰਲੇ ਪਾਸੇ ਪਰਮੇਸ਼ਰ ਜੀ ਨੇ ਸਾਨੂੰ ਦੱਸੋ ਕੂੜ ਦੀ ਪਾਲ ਕਿਵੇਂ ਤੋੜੀਏ ਕਿਹੜਾ ਤਰੀਕਾ ਅਪਣਾਈਏ ਸਹਿਬ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਕਹਿੰਦੇ ਆਤ੍ਰਿਕ ਕਾਉ ਦੇ ਹੁਕਮ ਵਿੱਚ ਆ ਜਾਓ ਉਹਦੀ ਰਜਾ ਵਿੱਚ ਤੁਰ ਪਵੋ ਬਸ ਉਹ ਨਾਲ ਇਹਨਾਂ ਤੂੰ ਛੁਡਾ ਲਵੇਗਾ ਕਿਉਂਕਿ ਹੁਣ ਅਸੀਂ ਜਿਹਦੀ ਸੰਗਤ 'ਚ ਰਹਿ ਰਹੇ ਆ ਨਾ ਉਹ ਮਨ ਸਦਾ ਭੁੱਖਾ ਏ ਸਦਾ ਰੌਲਾ ਪਾਉਂਦਾ ਏ ਸਦਾ ਸਿਆਣਪਾਂ ਵਿੱਚ ਉਲਝਾ ਕੇ ਰੱਖਦਾ ਏ ਸਦਾ ਗੰਦਾ ਅੰਦਰ ਨੂੰ ਕਰੀ ਰੱਖਦਾ ਏ ਸਹਬ ਕਹਿੰਦੇ ਦੇ ਤੂੰ ਬਚਾਏਗਾ ਹੁਕਮ ਗੁਰੂ ਕੇ ਪਿਆਰ ਜਦੋਂ ਅਸੀਂ ਪੰਜਾਂ ਕੋਲੋਂ ਅੰਮ੍ਰਿਤ ਛਕਦੇ ਹਾਂ ਗੁਰੂ ਤਾਂ ਸਾਨੂੰ ਮਿਲ ਗਿਆ ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਜੁਗਤੀਆਂ ਪੂਰੀ ੁਰਵਾਣੀ ਅੰਦਰ ਦੱਸੀਆਂ ਨੇ ਕੋਈ ਮੰਨਣਾ ਚਾਵੇ ਨਾ ਤੇ ਪਿਆਰਿਓ ਇੱਕੋ ਹੀ ਸ਼ਬਦ ਬਹੁਤ ਏ ਇੱਕੋ ਹੀ ਬਹੁਤ ਏ ਸਤਕਾਰਯੋਗ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਿਨ੍ਹਾਂ ਦਾ ਜੀਵਨ ਪੜ ਰਹੇ ਸਾਂ ਜਿਨ੍ਹਾਂ ਦੇ ਜੀਵਨ ਬਾਰੇ ਬਹੁਤ ਸਾਰੇ ਫੋਨ ਆਉਂਦੇ ਸੰਗਤ ਮਿਲਦੀ ਵਕ ਵਕ ਮੁਲਕਾਂ ਚ ਉੱਜ ਵੀ ਇਹਨਾਂ ਪਿਛਲੇ ਵੀ 2-4 ਹਫ਼ਤਿਆਂ ਵਿੱਚ ਉਹਨਾਂ ਦਾ ਹੁਕਮ ਏ ਸੰਤ ਬਾਬਾ ਕਰਮ ਸਿੰਘ ਜੀ ਦਾ ਜੀਵਨ ਦੇ ਐਵੇਂ 2-4 ਪੱਖ ਸਾਂਝ ਕੀਤੇ ਸਨ 5-4 ਸਾਲ ਪਹਿਲਾਂ ਉਸ ਨੂੰ ਲੈ ਕੇ ਬਹੁਤ ਸਾਰੀਆਂ ਰੂਹਾਂ ਨਾਮ ਜਪਣ ਲੱਗੀਆਂ ਮਹਾਰਾਜ ਨੇ ਨਾਮ ਬਾਣੀ ਦੇ ਡੂੰਗੇ ਰੰਗ ਚੜਾਏ ਉਹਨਾਂ ਦਾ ਹੁਕਮ ਸੀ ਭਈ ਉਹਨਾਂ ਨੂੰ ਵੀਡੀਓ ਰਾਈ ਤੇ ਕੁਝ ਹੋਰ ਬਚਨ ਸਾਂਝ ਕੀਤੇ ਜਾਣ ਕਰਾਂਗੇ ਆਪਾਂ ਉਹ ਵੀ ਤੁਹਾਡੇ ਨਾਲ ਸਾਂਝ ਇੱਕ ਪੂਰੇ ਕੇਵਲ ਕਰਮ ਸਿੰਘ ਜੀ ਖੋਤੀ ਮਰਦਾਨਵਾਲ ਬਾਰੇ ਤੁਹਾਨੂੰ ਇੱਕ ਗੱਲ ਕਹਿ ਰਹੇ ਸਾਂ ਜਦੋਂ ਉਹਨਾਂ ਨੂੰ ਲਾਗ ਲੱਗੀ ਨਾ ਉਹਨਾਂ ਦੇ ਪਿੰਡ ਸੰਤ RAM ਸਿੰਘ ਜੀ ਆਏ ਝੁਗਤੀ ਦੀ ਗੱਲ ਕਰ ਰਹੇ ਹਾਂ ਬਹੁਤ ਯਾਰ ਸੀ ਝੁਗਤੀਆਂ ਪੁੱਛਦੇ ਆ ਪਰ ਸੁਣਦੇ ਨਹੀਂ ਜਦੋਂ ਪੁੱਛਾਂਗੇ ਉਸੇ ਵਕਤ ਸਤਿਗੁਰੂ ਜੀ ਜਵਾਬ ਦੇਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕਿਸੇ ਗੁਰਮੁਖ ਦੇ ਰਾਂਹੀਂ ਸੰਗਤ ਜਾਓਗੇ ਕੋਈ ਨਾ ਕੋਈ ਬਾਨਾ ਬਣ ਕੇ ਉਹ ਜੁਗਤੀ ਤੇ ਸਾਨੂੰ ਪਤਾ ਸੁਣਾਏਗਾ ਮਹਾਰਾਜ ਪਰਸ ਤੋ ਬਾਅਦ ਜੇ ਸੀ ਸੁਣ ਸੁਣੀਏ ਤੋ ਰੀਏ ਤਾਂ ਹੀ ਐ ਨਾ ਕਹਿੰਦੇ ਉਹ ਨੰਕਾਰ ਆਏ ਤੇ ਉਹਨਾਂ ਦੇ ਕੋਲ ਪ੍ਰੇਮੀ ਜਨ ਸਨ ਉਹਨਾਂ ਨੇ ਸੰਗਤ ਕੀਤੀ ਤੇ ਪੁੱਛੇ ਕੁਝ ਸਵਾਲ ਭਈ ਪਰਮੇਸ਼ਰ ਨਾਲ ਜੁੜੀਏ ਕਿਵੇਂ ਉਹਨਾਂ ਕਹਿਣ ਲੱਗੇ ਜੀ ਨਾਮ ਜਪੋ ਤੇ ਮਹਾਰਾਜ ਜੀ ਦੀ ਤੇ ਸੰਗਤ ਦੀ ਸੇਵਾ ਕਰੋ ਕਹ ਲੱਗੇ ਸੱਤ ਬਚਨ ਕਹ ਲੱਗੇ ਤਿੰਨ ਤਰ੍ਹਾਂ ਦੀ ਸੇਵਾ ਤਨ ਨਾਲ ਕਰਨੀ ਮਨ ਨਾਲ ਕਰਨੀ ਤੇ ਧਨ ਨਾਲ ਤਨ ਤੇ ਵੀ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਸੇਵਾ ਕਰੋ ਮਨ ਨਾਲ ਸੇਵਾ ਹੈ ਅੰਦਰੋਂ ਨੀਵਾ ਖੋ ਕੇ ਨਿਮਰਤਾ ਤੇ ਗਰੀਬੀ ਵਿੱਚ ਰਹਿ ਕੇ ਦੂਸਰੇ ਨੂੰ ਵੱਡੇ ਜਾਣ ਕੇ ਸੇਵਾ ਕਰੋ ਤਨ ਦੇ ਨਾਲ ਇਹ ਹੈ ਭਈ ਸ਼ਰੀਰ ਨਾਲ ਜਾ ਕੇ ਝਾੜੂ ਮਾਰਨਾ ਲੰਗਰ ਬਣਾਉਣੇ ਵਰਤਾਨੇ ਜੋ ਗੁਰੂ ਕਰਾਂ ਦੀ ਸੇਵਾ ਤੋ ਕਹਿ ਲੱਗੇ ਸੇਵਾ ਦੇ ਅਗੋ ਪੱਖ ਨੇ ਮਾਪਿਓ ਦੀ ਸੇਵਾ ਇਸੇ ਤਰ੍ਹਾਂ ਦੂਜੀ ਸੰਗਤ ਦੀ ਸੇਵਾ ਗੁਰੂ ਦੀ ਸੇਵਾ ਤੁਮੇ ਗੱਲ ਕਰਨ ਲੱਗਾ ਸੋਣਨੇ ਨਾ ਗੱਲ ਕਰਦੇ ਆ ਕਰਦੇ ਆ ਇੱਕ ਬਚਨ ਕਿਹਾ ਕਹਿੰਦੇ ਸਾਨੂੰ ਮਾਪਿਆਂ ਦੀ ਸੇਵਾ ਨਹੀਂ ਨਸੀਬ ਕੋਈ ਇੱਕਦਮ ਸਾਰੇ ਪੁੱਛਦੇ ਜੀ ਕੀ ਗੱਲ ਗੰਭੀਰ ਹੋ ਗਏ ਕਹਿਣ ਲੱਗੇ ਅਸੀਂ ਸੰਸਕਾਰ ਸਾਡੇ ਘਰ ਇੱਕ ਸਾਧੂ ਆਏ ਉਹ ਸੰਸਾਧੂ ਬੰ ਮਹਾਰਾਜ ਸਿੰਘ ਜੀ ਉਹਨਾਂ ਨੇ ਰੱਬ ਦੇ ਕੁਝ ਬਚਨ ਸੁਣਾਏ ਸੁਣਦਿਆਂ ਸਾਰੀ ਅੰਦਰ ਇੰਨਾ ਵਿਰਾਗ ਲੱਗਾ ਸੰਸਾਰਾ ਕੁਝ ਦੁਨੀਆ ਨਾਲ ਸੰਤ ਜੱਪੀ ਸਿੱਖ ਘਰ ਛੱਡ ਕੇ ਬਾਬਾ ਮਹਾਰਾਜ ਸਿੰਘ ਕੋਲ ਗਏ ਤੇ ਉੱਥੇ ਹੀ ਨਾਮ ਦੇ ਰੰਗ ਚੜ੍ਹੇ ਤੇ ਮੁੜ ਕੇ ਸੇਵਾ ਵਿੱਚ ਹੀ ਰਹਿ ਗਏ ਜਿਹੜੇ ਬਚਨ ਉਹ ਸੁਣਾ ਰਹੇ ਸੀ ਤੇ ਬਿਲਕੁਲ ਉਸੇ ਤਰ੍ਹਾਂ ਹੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਸਾਹਿਬ ਉਹ ਸੁਣ ਰਹੇ ਸਨ ਇਹ ਬਚਨ ਉਹਨਾਂ ਨੂੰ ਵੀ ਤੀਰ ਵਾਂਗੂ ਲੱਗੇ ਉਸੇ ਵਕਤ ਦੀ ਦੁਨੀਆ ਦੀ ਪਕੜ ਛੱਟ ਗਈ ਤੇ ਦਿਨੇ ਰਾਤ ਉਹਦੇ ਨਾਮ ਨਾਲ ਪਿਆਰ ਪੈ ਗਿਆ। ਜ਼ੁਗਤੀ ਇਹ ਹੁਣ ਸਪੈਸ਼ਲ ਨਹੀਂ ਗੱਲ ਕੋਈ ਪੁੱਛ ਰਿਹਾ ਪਰ ਜ਼ੁਗਤੀ ਮਿਲ ਗਈ ਪਈ ਸੁਣਦੇ ਆ ਸਰ ਤੁਰ ਪੈ ਤੁਰੇ ਵੀ ਕਾਦੇ ਬਾਬਾ ਕਰਮ ਸਿੰਘ ਜੀ ساری ਜਿੰਦਗੀ ਗੁਰੂ ਕੇ ਪਿਆਰਿਓ ਰੱਬ ਨੇ ਦਿਖਾਇਆ ਵੀ ਤੇਰੀ ਜਗ੍ਹਾ ਤੇ ਰੱਬ ਕੰਮ ਕਿਵੇਂ ਕਰੇਗਾ। ਭਗਤਾਂ ਦੀ ਜਗ੍ਹਾ ਕਹਿੰਦੇ ਨਾ ਰੱਬ ਆਪ ਕਰਦਾ। ਉਹਨਾਂ ਦਾ ਜੀਵਨ ਪੜੋ ਨਿਰੰਕਾਰ ਖੁਦ ਜਗਾ ਜਗਾ ਤੇ ਪ੍ਰਗਟ ਹੋ ਕੇ ਉਹਨਾਂ ਦੇ ਆਪ ਕਾਰਜ ਸਵਾਰ ਰਿਆ ਜੁਗਤੀ ਕੀ ਕਹਿਣਾ ਤੁਸੀਂ ਦੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੰਨੇ ਹੀ ਬਚਨ ਕਰਦੇ ਨੇ ਉਹ ਕਹਿੰਦੇ ਇਹ ਆਵਾ ਵਾਹਿਗੁਰੂ ਹਰਮੰਦਰ ਸਾਹਿਬ ਦਾ ਸਰੋਵਰ ਪੱਕਾ ਹੋ ਰਿਹਾ ਸੀ ਇਟਾਂ ਪਿੱਲੀਆਂ ਨੇ ਕਹਿਣ ਲੱਗੇ ਪਿੱਟਾਂ ਪਿੱਲੀਆਂ ਕਿਉਂ ਨਹੀਂ ਮਹਾਰਾਜ ਜੀ ਮਲੀ ਨਹੀਂ ਮਿਲਦੀ ਸਾਹਿਬ ਕਹਿਣ ਲੱਗੇ ਫਿਰ ਦਾ ਮਤਲਬ ਮਲੀ ਚਾਹੀਦੀ ਉਹਦੇ ਨਾਲ ਪੱਟੇ ਵਿੱਚ ਇੱਟਾਂ ਸੋਹਣੀਆਂ ਪੱਕ ਕੇ ਆਉਣਗੀਆਂ ਹਾਂਜੀ ਕੋਈ ਉੱਥੇ ਕੋਈ 50 100 ਸ਼ਰੀਰ ਖੜੇ ਨੇ ਮਹਾਰਾਜ ਜੀ ਨੇ ਕਿਹਾ ਮਲੀ ਚਾਹੀਦੀ ਇੱਟਾਂ ਪੱਕੀਆਂ ਹੋਣਗੀਆਂ ਠੀਕ ਏ ਪਰ ਭਾਈ ਬਹਿ ਲੋ ਕੱਲੇ ਨੂੰ ਉਹ ਗੱਲ ਸੁਣੀਏ ਸੁਣੀ ਸਾਰਿਆਂ ਨੇ ਮੰਨੀ ਉਹਨਾਂ ਨੇ ਜਦੋਂ ਮਲੀ ਨਾਲ ਇੱਟਾਂ ਪੱਕੀਆਂ ਆਈਆਂ ਪਿਆਰਿਓ ਕੋਈ 2 4 ਮਹੀਨੇ ਸਾਰਾ ਕਾਰਜ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਪ੍ਰਸੰਨ ਹੋਏ ਕਹਿਣ ਲੱਗੇ ਇੱਟਾਂ ਇਨੀਆਂ ਪਿਆਰੀਆਂ ਲਾਲ ਸੁਰ ਕਿੱਚੋਂ ਜੀ ਪਾਈ ਬੈਲੋ ਦੀ ਕਰਨੀ ਕਰਕੇ ਇਨੀਆਂ ਬਖਸ਼ਾਂ ਕੀਤੀਆਂ ਦਰਗਾਹ ਚ ਸਭ ਤੋਂ ਪਹਿਲੋਂ ਦਾ ਵਾਰ ਦਿੱਤਾ ਨੇ ਹੁਣ ਕੀ ਜੁਗਤੀ ਏ ਜਦੋਂ ਵੀ ਸਤਿਗੁਰੂ ਜੀ ਕੋਈ ਬਚਨ ਕਰਦੇ ਨੇ ਪਿਆਰੋ ਚੈਰ ਮੰਦਰ ਸਾਹਿਬ ਦਾ ਕੀਰਤਨ ਸੁਣੋ ਤੇ ਚਾਹੇ ਸਿੰਘ ਸਭਾ ਚ ਬੈਠ ਕੇ ਗੁਰੂ ਕੀ ਬਾਣੀ ਸੁਣੋ ਚਾਹੇ ਕਿਸੇ ਮੁਲਕ ਕੈਨੇਡਾ ਚ ਬੈਠਿਓ ਅਮਰੀਕਾ ਚ ਬੈਠਿਓ ਇੰਡੀਆ ਚ ਇਟਲੀ ਕਿਧਰੇ ਵੀ ਹੋ ਚਾਹੇ ਉਹ ਟੇਪ ਰਾਹੀਂ ਸੁਣ ਰਹੇ ਆ ਕੋਈ ਵੀ ਸਾਧਨ ਨਹੀਂ ਉਹ ਸਿੱਧੇ ਸਤਿਗੁਰੂ ਜੀ ਦੇ ਬਚਨ ਜਿਹੜੇ ਆਪਾਂ ਸੁਣ ਰਹੇ ਆਂ ਉਹ ਸਾਡੇ ਲਈ ਨੇ ਉਸ ਤੋਂ ਬਾਅਦ ਕੇਵਲ ਤੁਰਨਾ ਸੀ ਪਿਆਰਿਓ ਉਹ ਤੁਰਨ ਜਦੋਂ ਆਪਾਂ ਤੁਰ ਪਾਵਾਂਗੇ ਤੇ ਆਪਣੇ ਆਪ ਇਸ ਬੱਬ ਵੀ ਬਣਦੇ ਜਾਂਦੇ ਨੇ ਕੰਡੇ ਤੇ ਖਲੋ ਕੇ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਦਰਿਆਵਾਂ ਦੇ ਕੰਡੇ ਤੇ ਖਲੋ ਜਾਓ ਫਿਰ ਨਹੀਂ ਤੈਰਨਾ ਆਉਂਦਾ ਦਰਿਆਾਂ ਦੇ ਵਿੱਚ ਵੜਨਾ ਪੈਂਦਾ ਜੁਗਤੀਆਂ ਸਾਈਡ ਤੇ ਖਲੋ ਕੇ ਕੋਈ ਪੁੱਛੇ ਤੇ ਨਹੀਂ ਇਹ ਤਾਂ ਸਤਿਗੁਰੂ ਦਾ ਹੁਕਮ ਹੈ ਪਈ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਮੰਨ ਲਈਏ ਮਹਾਰਾਜ ਕਹਿੰਦੇ ਅੰਮ੍ਰਿਤ ਦੀ ਦਾਤ ਲਵੋ ਲੈ ਲਈਏ ਮਹਾਰਾਜ ਕਹਿੰਦੇ ਨਿਤਨੇਮ ਕਰਨੇ ਜ਼ਰੂਰੀ ਸੰਗਤ ਕਰਨੀ ਜ਼ਰੂਰੀ ਕਰੀਏ ਫੇਰ ਸਤਿਗੁਰੂ ਜੀ ਆਪ ਕਿਰਪਾ ਕਰਕੇ ਜਦੋਂ ਬਾਣੀ ਬੋਲੇਗੀ ਤੇ ਸਾਨੂੰ ਸੁਣਨਗੇ ਉਹ ਬਚਨ ਇਸ ਕਰ ਅੰਦਰ ਤਾਂ ਰਹਿਮ ਤਾਂ ਇੱਕ ਦਮ ਮਿਲਦੀਆਂ ਨੇ ਮਿਸਾਲ ਦੇ ਤੌਰ ਤੇ ਆਪਾਂ ਇੱਕ ਦੋ ਬਚਨ ਵਿਚਾਰੀਏ ਕਿਉਂਕਿ ਗੱਲ ਚੱਲਦੀ ਭੀ ਜੁਗਤੀ ਕਿਹੜੀ ਅਪਣਾਈਏ ਸਾਡੇ ਘਰ ਤਾਂ ਰੀਤ ਹੀ ਬੜੀ ਪਿਆਰੀ ਏ ਭਈ ਜੁਗਤੀ ਕੋਈ ਸਾਧ ਸੰਗਤ ਅਕਾਲ ਪੁਰਖ ਦਾ ਨਾਮ ਜਪਣਾ ਕਿਸੇ ਆਦਮੀ ਦਾ ਤਿਕਾਏ ਪਰ ਲੈਣਾ ਪੰਜਾਂ ਦੇ ਕੋਲੋਂ ਏ ਸਿੱਧਾ ਤੇ ਕੋ ਨਾਮ ਦੇਂਦਾ ਨਹੀਂ ਤੇ ਨਾ ਇਸ ਘਰ ਅੰਦਰ ਇਹਦੀ ਕੋਈ ਮਰਿਆਦਾ ਹੈ ਮਹਾਰਾਜ ਜੀ ਦਾ ਇੱਕ ਬਚਨ ਪੰਚਮ ਪਿਤਾ ਜੀ ਨੇ ਕਿਰਪਾ ਕੀਤੀ ਸਾਬ ਕਹਿੰਦਿਆ ਸੁਣ ਤੈਨੂੰ ਕੁਝ ਜੁਗਤੀਆਂ ਤੇਰੇ ਸਾਹਮਣੇ ਰੱਖਦੇ ਆ ਤੂੰ ਚਾਨਣ ਚੇਤੀ ਕਾਰਦਕ ਹੋਵੇ ਤੁਸੀਂ ਚਾਹਦੇ ਹੋ ਨਾ ਛੇਤੀ ਪਰਮੇਸ਼ਰ ਦਾ ਰੰਗ ਚੜੇ ਭੈੜੀ ਮਤ ਖਤਮ ਹੋ ਜਾਵੇ ਮਨ ਉਲਝਣਾ ਚੋਂ ਨਿਕਲ ਜਾਵੇ ਰੋਜ ਦੇ ਦੁੱਖ ਸੁੱਖ ਜਿਹੜੇ ਕੰਤੰਗ ਕਰਦੇ ਕਿਉਂਕਿ ਸੁੱਖ ਵੀ ਦੁਖੀ ਕਰਦਾ ਹੈ ਦੁੱਖ ਤੇ ਦੁਖੀ ਕਰਦਾ ਹੀ ਕਰਦਾ ਹੈ ਸੁੱਖ ਵੀ ਆ ਕੇ ਪੈਸਾ ਨਹੀਂ ਸੀ ਸਾਰਾ ਪਰਿਵਾਰ ਇਕੱਠਾ ਚਾਰ ਕੋਡੀਆਂ ਆਈਆਂ ਉਸ ਵਕਤ ਹੀ ਘਰ ਵਿੱਚ ਲੜਾਈ ਪੈ ਗਈ ਸੁੱਖ ਦੁੱਖ ਬਣ ਗਿਆ ਨਾ ਇੱਕਦਮ ਗੁਰੂ ਕੇ ਪਿਆਰਿਓ ਖੈਰ ਇਹ ਰੋਜ਼ਤੀਆਂ ਬਾਤਾਂ ਆਪਾਂ ਵੇਖਦੇ ਭਈਆਂ ਪੰਚਮ ਪਿਤਾ ਜੀ ਕਹਿੰਦੇ ਸਭ ਤੋਂ ਪਹਿਲਾ ਗੁਣੇ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਜਦੋਂ ਜਾਓ ਤੇ ਦਾਸ ਬਣ ਕੇ ਜਾਓ ਗਰੀਬੀ ਲੈ ਕੇ ਜਾਓ ਨਿਮਰਤਾ ਲੈ ਕੇ ਜਾਓ ਕਿਦਰੇ ਵੀ ਸੰਗਤ ਵਿੱਚ ਵੱਡੇ ਬਣ ਕੇ ਜਾਂ ਆਮ ਸਧਾਰਨ ਜਿਵੇਂ ਕਿਸੇ ਕੋਲ ਜਾਇਦਾ ਇਸ ਤਰ੍ਹਾਂ ਨਹੀਂ ਮਨ ਨੀਵਾ ਕਰਕੇ ਜਾਓ ਇਹ ਆਚਰਣ ਦੀ ਪਹਿਲੀ ਯੁਗਤੀ ਦੂਜੀ ਦੱਸਦੇ ਨੇ ਕਦੇ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਨਾ ਸਮਝੋ ਕਿ ਉਹ ਉੱਤੇ ਕਿਧਰੇ ਆਕਾਸ਼ ਵਿੱਚ ਰਹਿੰਦਾ ਹੈ ਜਾਂ ਕਿਧਰੇ ਉਹ ਖਾਸ ਤਖਤਾਂ ਤੇ ਰਹਿੰਦਾ ਹੈ ਕਹਿੰਦੇ ਨਹੀਂ ਸਭ ਤੋਂ ਵੱਡਾ ਗੁਣ ਚੇਤਾ ਕਰਨ ਵਾਲਾ ਹੈ ਕਿ ਉਹਨੂੰ ਆਪਣੇ ਤੋਂ ਦੂਰ ਨਾ ਵੇਖੋ ਉਹ ਭਾਵੇਂ ਨਹੀਂ ਸਾਨੂੰ ਦਿਸਦਾ ਪਰ ਉਹ ਦੂਰ ਹੈ ਤੇ ਨਹੀਂ ਨਾ ਹੈ ਤੇ ਬਿਲਕੁਲ ਨੇੜੇ ਸਾਡੇ ਸਾਬ ਕਹਿੰਦੇ ਸਾਜਨੜਾ ਮੇਰਾ ਸਾਜਨੜਾ ਨਿਕਟ ਕੋਲੋਇਡ ਮਿਰਤ ਸਾਜਨੜਾ ਸਾਨੂੰ ਨਹੀਂ ਦਿਸਦਾ ਤੇ ਦਾ ਮਤਲਬ ਛੁੜੀ ਹੋਖ ਹੈ ਹੀ ਨਹੀਂ ਸਹਿਬ ਕਹਿੰਦੇ ਦੂਜਾ ਗੁਣ ਯੁਗਤੀ ਏ ਵਾਹਿਗੁਰੂ ਨੂੰ ਆਪਣੇ ਕੋਲ ਸਮਝੋ ਤੀਸਰਾ ਬੱਚੇ ਨੇ ਕਹਿੰਦੇ ਇਸ ਮਨ ਨੂੰ ਨਾ ਨਾਮ ਦਾ ਰੰਗ ਛਾੜੋ ਨਾ ਕਿ ਗੱਲਾਂ ਦਾ ਰੰਗ ਛਾੜੋ ਬਹੁਤ ਵੇਰੀ ਹੁੰਦਾ ਨੰਦਾ ਥੋੜਾ ਚਰਨਾਮ ਜਪ ਕੇ ਫਿਰ ਨਾਮ ਜਾਂ ਗੱਲਾਂ ਕਰੇਗਾ ਫਲਾਣੇ ਤੇ ਬਹੁਤ ਕਿਰਪਾ ਹੋ ਗਈ ਫਲਾਣੇ ਉਸ ਭੈਣ ਵੀਰ ਤੇ ਬੜੀ ਚੜ੍ਹਦੀ ਕਲਾ ਹੈ ਕਹਿੰਦੇ ਉਹਨਾਂ ਦੀ ਚੜ੍ਹਦੀ ਕਲਾ ਹੋਏਗੀ ਪਰ ਤੇਰੀ ਤਾਂ ਹੋਣੀ ਜੇ ਤੂੰ ਖੁਦ ਨਾਮ ਜਪੇਂਗਾ ਖੁਦ ਵੱਲ ਧਿਆਨ ਕਰ ਬਹੁਤ ਵਾਰੀ ਸੱਜਣ ਵੇਖੇ ਨੇ ਉਹ ਆਕਈ ਕਿ ਘੰਟੇ ਰੱਬ ਦੀਆਂ ਗੱਲਾਂ ਕਰ ਸਕਦੇ ਨੇ ਪਰ ਉਹ ਖੁਦ ਆਪ ਨਾਮ ਜਪਣ ਦੀ ਵਾਰੀ ਆਉਣ ਹੀ ਨਹੀਂ ਦਿੰਦੇ ਕਿਉਂਕਿ ਅਗਲੇ ਖੁਸ਼ ਹੁੰਦੇ ਨੇ ਉਹ ਸਮਝਦਾ ਮੇਰਾ ਤੇ ਕੰਮ ਖੋ ਗਿਆ ਨਹੀਂ ਸਾਬ ਕਹਿੰਦੇ ਨਹੀਂ ਸਮਨ ਨੂੰ ਰੰਗਣਾ ਪੈਂਦਾ ਹੈ ਇਨ੍ਯਾ ਪੈਨੀ ਰੰਗੇ ਜਾਣਾ ਫਿਰ ਚੌਥਾ ਬਚਨ ਕੀਤਾ ਨੇ ਕਹਿੰਦੇ ਜਦੋਂ ਨਾ ਵਾਹਿਗੁਰੂ ਦਾ ਰੰਗ ਚਾੜ ਨਾ ਹੋਵੇ ਤੇ ਕਹਿੰਦੇ ਫਿਰ ਇਹ ਤੇ ਤੈਨਾਂ ਸਿਆਣੇ ਬਣ ਕੇ ਨਾ ਤੁਰਿਆ ਜੇ ਮੈਨੂੰ ਪਤਾ ਏ ਮੈਂ ਜਾਣਦਾ ਵਾਂ ਗੁਰਬਾਣੀ ਕੀ ਕਹਿੰਦੀ ਏ ਮੈਨੂੰ ਕਿਸੇ ਦੇ ਉਪਦੇਸ਼ ਦੀ ਲੋੜ ਨਹੀਂ ਕਹਿੰਦੇ ਨਹੀਂ ਸਿਆਣਪ ਨੂੰ ਛੱਡ ਕੇ ਜਿੱਥੋਂ ਵੀ ਸਿੱਖਿਆ ਮਿਲੇ ਹਮੇਸ਼ਾ ਉਹ ਸਿਆਣਪ ਨੂੰ ਪ੍ਰਵਾਨ ਕਰੀਏ ਪਤਾ ਨਹੀਂ ਵਾਹਿਗੁਰੂ ਕਿਥੋਂ ਕਿਥੋਂ ਆਤੋਂ ਨੇ ਸਾਨੂੰ ਸੁਮਤ ਦੇਣੀ ਖੁੰਦੀ ਸਦੇ ਮਤ ਲੈਣ ਲਈ ਤਿਆਰ ਰਹੀਏ ਕਦੇ ਦਰਵਾਜ਼ਾ ਬੰਦ ਨਾ ਕਰੀਏ ਪੀ ਮੈਨੂੰ ਸਿੱਖੀ ਦਾ ਪਤਾ ਲੱਗ ਗਿਆ ਸਾਥ ਸੰਗਤ ਜਿਹੜਾ ਬੰਦਾ ਕਹਿੰਦਾ ਹੈ ਨਾ ਮੈਨੂੰ ਪਤਾ ਲੱਗ ਗਿਆ ਪਰ ਉਹਦਾ ਜਿੰਨਾ ਮਰਜ਼ੀ ਨਿਤਨੇਮ ਕਹੇ ਉਹਨੇ ਦਰਵਾਜ਼ਾ ਬੰਦ ਕਰ ਲਿਆ ਮੈਨੂੰ ਕਿਸੇ ਹੋਰ ਦੀ ਕਿਸੇ ਗੁਰਮੁਖ ਦੀ ਕਿਸੇ ਪਿਆਰੇ ਦੀ ਕਿਸੇ ਸਤਸੰਗੀ ਦੀ ਲੋੜ ਨਹੀਂ ਇਹਦਾ ਮਤਲਬ ਅਜੇ ਕੁਝ ਨਹੀਂ ਪਤਾ ਲੱਗਾ ਜਦੋਂ ਪਤਾ ਲੱਗਦਾ ਉਦੋਂ ਤੇ ਬੰਦਾ ਕੋਇਲਾ ਤੋਂ ਵੀ ਸਿੱਖਿਆ ਲੈਂਦਾ ਫਿਰਦਾ ਦਰਿਆਵਾਂ ਦੇ ਪਾਣੀਆਂ ਨੂੰ ਪੁੱਛਦਾ ਫਿਰਦਾ ਏ ਚਿੜੀਆਂ ਦੀ ਅੰਮ੍ਰਿਤ ਵੇਲੇ ਦੀ ਚਹਿਕ ਨੂੰ ਵੇਖ ਕੇ ਅੰਦਰ ਕੰਬ ਜਾਂਦਾ ਏ ਫੁੱਲ ਖਿੜੇ ਤੇ ਫੁੱਲ ਮਰਝਾਏ ਤੋਂ ਕੁਝ ਸਿੱਖਿਆ ਲੈਂਦਾ ਏ ਫਿਰ ਪੂਰੀ ਸ੍ਰਿਸ਼ਟੀ ਤੋਂ ਸਿੱਖਿਆ ਲੈਣ ਲਈ ਅੰਦਰ ਨਿਮਿਆ ਰਹੇਗਾ ਸਹਿਬ ਕਹਿੰਦੇ ਆਪਣੀ ਸ਼ਿਆਨਪਨਾ ਕਦੇ ਲਿਆਉਣਾ ਤੇ ਸ਼ਿਆਨਪ ਨੂੰ ਛੱਡ ਕੇ ਨਾ ਵਾਹਿਗੁਰੂ ਨੂੰ ਕੋਲ ਖੇ ਰੱਖਣਾ ਬਹੁਤ ਪਿਆਰਾ ਬਚਨ ਮਹਾਂਪੁਰਖਾਂ ਨੇ ਸਮਝਾਇਆ ਕਹਿੰਦੇ ਆਪ ਪਾਈ ਮਨਸਾ ਸਿੰਘ ਦਾ ਪ੍ਰਸੰਗ ਸੁਣਦੇ ਆ ਗੁਰੂ ਰਾਮਦਾਸ ਸਾਹਿਬ ਦੇ ਦਰ ਦੇ ਕੀਰਤਨੀਏ ਸਨ ਪੂਰੇ ਨਿਸ਼ਕਾਮ ਪੂਰਾ ਮਹਾਰਾਜ ਜੀ ਦੇ ਪਿਆਰਾਂ ਚ ਭਜੇ ਹੋਏ ਕੀਰਤਨ ਕਰਨਾ ਤੇ ਚਾਰਚ ਫੇਰੇ ਪਰਕਰਮਾਂ ਵਿੱਚ ਸੰਗਤਾਂ ਵੀ ਬਖਾ ਕੇ ਸੁਣਦੀਆਂ ਇੰਜ ਲੱਗਦਾ ਸੀ ਸਾਰੀ ਕੁਦਰਤ ਰੁਕ ਜਾਂਦੀ ਉਹਨਾਂ ਦੇ ਕੀਰਤਨ ਵਿੱਚ ਉਹਨਾਂ ਦੇ ਘਰ ਗਰੀਬੀ ਬੜੀ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਖਬਰ ਗਈ ਉਹ ਖੁਦ ਆਪ ਚੱਲ ਕੇ ਗਿਆ ਇਸ ਪਿਆਰੇ ਦੀ ਸੇਵਾ ਮੈਂ ਆਪ ਕਰਾਂ ਜਾ ਕੇ ਜ਼ਗੀਰਾਂ ਦੇਵਾਂ ਪੈਸਾ ਟੱਕਾ ਦੇਵਾਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਅੱਗੋਂ ਪਹਿਲਾਂ ਹੀ ਦਰਵਾਜ਼ਾ ਬੰਦ ਕਰ ਲਿਆ ਸੇਵਾਦਾਰਾਂ ਨੂੰ ਪਿਆਰਿਆਂ ਨੂੰ ਮਿੱਤਰਾਂ ਨੂੰ ਕਿਹਾ ਮਹਾਰਾਜਾ ਨੂੰ ਮੇਰੇ ਕੋਲ ਨਾ ਆਉਣ ਉਹ ਕਹਿਣ ਲੱਗਾ ਤੂੰ ਜੀ ਬੰਦਾ ਹੈ ਸਾਥੀ ਸੁਣਾਈ ਜਾਂਦੀ ਵੀ ਮਹਾਰਾਜਾ ਰਣਜੀਤ ਸਿੰਘ ਆਉਣਾ ਚਾਹੁੰਦਾ ਹੈ ਪਰ ਇਹਨਾਂ ਨੇ ਆਉਣ ਤੋਂ ਇਜਾਜ਼ਤ ਨਹੀਂ ਦਿੱਤੀ ਬੜੀ ਵੱਡੀ ਗੱਲ ਕਹੀ ਮਹਾਰਾਜਾ ਕਹਿੰਦਾ ਮੈਂ ਕੁਝ ਸੇਵਾ ਕਰਨੀ ਚਾਹਣਾ ਇਹਨਾਂ ਨੇ ਆਵਾਜ਼ ਮਾਰੀ ਜਿਹੜੇ ਗੁਰੂ ਰਾਮਦਾਸ ਪਿਤਾ ਨੇ ਤੁਹਾਨੂੰ ਰਾਜ ਭਾਗ ਦਿੱਤਾ ਕੀ ਉਹ ਗੁਰੂ ਰਾਮਦਾਸ ਪਿਤਾ ਜੀ ਮੈਨੂੰ ਰੋਜੀ ਰੋਟੀ ਨੰ ਦੇਵੇਗਾ ਜਾਓ ਤੁਸੀਂ ਚਲੇ ਜਾਓ ਪਿਆਰਿਓ ਗੱਲ ਬੜੀ ਵੱਡੀ ਜਾਪ ਦੀ ਤੇ ਕਹਿ ਵੀ ਮਹਾਰਾਜੇ ਨੂੰ ਠੁਕਰਾਰੇ ਉਹ ਘਰ ਆਇਆ ਪਰ ਸਾਧੂ ਕਹਿੰਦੇ ਨਹੀਂ ਇੱਥੋਂ ਹੀ ਤੇ ਸੱਚੋ ਪੁੱਲ ਹੋ ਜਾਂਦੀ ਏ ਅਸੀਂ ਜਿੱਥੇ ਮਰਜ਼ੀ ਪਹੁੰਚ ਜਾਈਏ ਭੀ ਗਿਆਨ ਸਾਡਾ ਪੂਰਾ ਨਹੀਂ ਕਹਿਣ ਲੱਗੇ ਜਿਹੜੇ ਗੁਰੂ ਰਾਮਦਾਸ ਪਿਤਾ ਦੇ ਦਰ ਦੇ ਤੇ ਉਹ ਬੈਠ ਕੇ ਕੀਰਤਨ ਕਰਦੇ ਸਨ ਨਾ ਜਾਣੀਏ ਉਸੇ ਗੁਰੂ ਰਾਮਦਾਸ ਸਾਹਿਬ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਿਆ ਏ ਭੀ ਜਾ ਸਾਡੇ ਪਿਆਰੇ ਦੀ ਸੇਵਾ ਕਰਕੇ ਆ ਨਹੀਂ ਤਾਂ ਰਾਜਾ ਕੱਲੇ-ਕੱਲੇ ਕੋਲ ਤੁਰਿਆ ਫਿਰੇਗਾ ਭਗਤੀ ਕਰਨ ਵਾਲਿਆਂ ਕੋਲ ਪਿਆਰਿਓ ਕਦੋਂ ਸੋਚੀਂ ਪੈਂਦੀ ਜਦੋਂ ਸਤਗੁਰੂ ਜੀ ਆਪ ਹੀ ਕੋਈ ਨਾ ਕੋਈ ਸਬਾਬ ਬਣਾਉਂਦੇ ਨੇ ਪਰ ਚੇ ਇੱਥੇ ਹੀ ਨੇ ਨਾ ਇ ਚੰਗਾ ਸਭ ਤੋਂ ਬੰਦਾ ਅੰਦਰੋਂ ਡਿੱਗ ਕੇ ਹੀ ਰਵੇ ਪਿਵੇਂ ਨੂੰ ਕੁਛ ਨਹੀਂ ਪਤਾ ਸਾਬ ਕਹਿੰਦੇ ਨੇ ਨਾ ਅੰਦਰ ਕਵੇ ਹਮ ਨਿਰਗੁਣੀ ਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਮਹਾਰਾਜ ਨੇ ਕਿਰਪਾ ਕੀਤੀ ਸਾਬ ਕਹਿੰਦੇ ਜੁਗਤੀਆਂ ਨੇ ਨਾ ਕਹਿੰਦੇ ਸਿਆਣੇ ਨਹੀਂ ਬੰਨਣਾ ਅਣਜਾਣ ਹੀ ਬਣ ਕੇ ਰਹਿਣਾ ਤੇ ਅੰਦਰ ਕੋਈ ਕਪੜਾ ਜਾ ਰੱਖ ਕੇ ਨਹੀਂ ਪੇ ਉਤੋਂ ਅੰਦਰੋਂ ਬਾਹਰੋਂ ਸ਼ੋਅ ਕਰਨੀ ਮੇਰੇ ਅੰਦਰ ਨੀਵਾ ਪਾਣੀ ਤੇ ਵੇਖਣਾ ਵੇਖਾਂ ਦੇ ਕੋਲ ਕਿੰਨਾ ਕੁ ਗਿਆਨ ਅਸੀਂ ਕੌਣ ਆ ਕਿਸੇ ਦੂਸਰੇ ਦੇ ਗਿਆਨ ਨੂੰ ਪਰਖਣ ਵਾਲੇ ਸਾਬ ਕਹਿੰਦੇ ਮੰਜ਼ਲ ਤੇਰੀ ਵਾਹਿਗੁਰੂ ਦੀ ਕਿਰਪਾ ਲੈਣੀ ਉਹਦੀ ਭਗਤੀ ਦਾ ਰੰਗ ਚਾੜਨਾ ਤੇ ਫਿਰ ਉਧਰ ਆਪਣਾ ਧਿਆਨ ਘਾਰ ਕਦੇ ਨਾ ਕਿਸੇ ਨੂੰ ਪਰਖੀਏ ਸਾਬ ਕਹਿੰਦੇ ਨੇ ਬਚਨ ਦਸਰੇ ਜੁਗਤੀ ਦਾ ਪੰਜਵਾਂ ਕਹਿੰਦੇ ਨੇ ਭਈ ਇਹ ਵੀ ਜੋ ਵੀ ਸਤਿਗੁਰੂ ਜੀ ਕਹਿਣ ਨਾ ਉਹਨੂੰ ਇੰਜ ਮੰਨਣਾ ਏ ਜਿਵੇਂ ਔਰਤ ਸ਼ਿੰਗਾਰ ਕਰਦੀ ਪਤੀ ਦੀ ਖੁਸ਼ੀ ਲਈ ਕਹਿੰਦੇ ਸਿੱਖ ਦਾ ਸ਼ਿੰਗਾਰ ਇਹ ਗੁਰੂ ਦਾ ਹੁਕਮ ਮੰਨਣਾ ਪੰਜਵਾਂ ਗੁਣ ਇਹ ਜੁਗਤੀ ਹੁਕਮ ਵਿੱਚ ਏ ਨਾ ਭਾਈ ਬਹਿਲੋ ਇੱਕਦਮ ਦਾਤ ਲੈ ਗਿਆ ਹੁਕਮ ਸੁਣ ਗਿਆ ਤੇ ਉਹਨੇ ਮੰਨ ਲਿਆ ਫੇਰ ਅਗਲਾ ਬੱਚੇ ਨੇ ਕਹਿੰਦੇ ਕਦੇ ਕਿਸੇ ਨਾਲ ਦੁਸ਼ੈ ਨਾ ਕਰੀਏ ਕਦੇ ਵੀ ਕਿਸੇ ਨਾਲ ਦੁਸ਼ਮਣ ਕਰਨਾ ਕਰੀਏ ਈਰਖਾ ਸਾੜਾ ਨਾ ਕਰੀਏ ਜੁਗਤੀ ਕਹਦੇ ਨਾਲ ਆਪਣਾ ਭਾਰੀ ਨੁਕਸਾਨ ਹੁੰਦਾ ਹੈ ਰੰਗ ਨਹੀਂ ਚੜਦੇ ਭੈੜੀ ਮੱਤ ਨਹੀਂ ਖਤਮ ਹੋਣੀ ਫਿਰ ਕਹਿੰਦੇ ਹਨੇਰੇ ਵਿੱਚ ਨਹੀਂ ਤੁਰਨਾ ਜੁਗਤੀਆਂ ਨੇ ਦੇਖੋ ਪੰਚਮ ਪਿਤਾ ਦੇ ਇੱਕੋ ਸ਼ਬਦ ਆਸਾ ਰਾਗ ਵਿੱਚ ਜਿਹੜਾ ਸਾਂਝਾ ਕਰ ਰਹੇ ਹਾਂ ਉਹ ਕਹਿੰਦੇ ਨੇ ਸੰਤਾਂ ਕੀ ਖੋਏ ਦਾਸਰੀ ਇਹੋ ਅਚਾਰਾ ਸਿੱਖ ਰੇ ਸਗਲ ਗੁਣ ਗੁਣ ਊਤਮੋ ਭਰਤਾ ਦੂਰ ਨ ਪਿਖਰੇ ਪਹਿਲਾ ਗੁਣ ਦਾਸ ਬਣ ਕੇ ਆ ਦੂਸਰਾ ਰੱਬ ਨੂੰ ਨੇੜੇ ਸਮਝ ਤੀਜਾ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗ ਦੇ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਸੰਗ ਰੇ ਕਹਿੰਦੇ ਚਾਰ ਬਚਨ ਅਗੇ ਮਨ ਨੂੰ ਰੰਗ ਸਿਆਣਪਾਂ ਛੱਡ ਪਰਤਾ ਕਹਿ ਸੁਮਾਨੀਏ ਇਹ ਸ਼ਿੰਗਾਰ ਬਣਾਏ ਰੇ ਸ਼ਿੰਗਾਰ ਕਰਿਓ ਦਾ ਹੁਕਮ ਮੰਨਣ ਦਾ ਛੀਵਾ ਬਚਨੀ ਦੂਜਾ ਭਾਉ ਵਿਸਾਰੀਏ ਇਹ ਤੰਬੂਲਾ ਖਾਹੇ ਤੇ ਕੈਨ ਲੱਗੇ ਤੰਬੂਲਾ ਖਾ ਭਾਉ ਦੂਜਾ ਭਾਈ ਅੰਦਰੋਂ ਛੱਡ ਦਈਏ ਹੁਣ ਸਤਵਾਂ ਬਚਨੀ ਗੁਰਤਾ ਸ਼ਬਦ ਕਰ ਦੀਪਕੋ ਇਸ ਸਤ ਕੀ ਸੇਜ ਵਿਚਾਰੇ ਕਹਿੰਦੇ ਅੰਦਰ ਸੇਜ ਤਿਆਰ ਕਰਕੇ ਰੱਖ ਪਈ ਵਾਹਿਗੁਰੂ ਨੇ ਮੇਰੇ ਅੰਦਰ ਆਉਣਾ ਤੇ ਕਹਿੰਦੇ ਜਦੋਂ ਆਣਾ ਹੋਵੇ ਤੇ ਹਨੇਰੇ ਚ ਥੋੜੀ ਹੈਗਾ ਦੀਵਾ ਬਾਲ ਅੰਦਰ ਦੀਵਾ ਬਲਦਾ ਗੁਰੂ ਸ਼ਬਦ ਦਾ ਸਦਾ ਗੁਰੂ ਸ਼ਬਦ ਦਾ ਦੀਵਾ ਬਲਦਾ ਰਹੇ ਕਦੇ ਉਹਦਾ ਨਾਮ ਭੁੱਲੇ ਨਾ ਤੇ ਉਹਦੇ ਲਈ ਸੇਜ ਸ਼ਰਧਾ ਦੀ ਸੇਜ ਵਿਸ਼ਾ ਕੇ ਰੱਖੀਏ ਵੀ ਉਹ ਜ਼ਰੂਰ ਆਏਗਾ ਜ਼ਰੂਰ ਮੈਨੂੰ ਰੰਗ ਚਾੜੇਗਾ ਜ਼ਰੂਰ ਮੇਰੇ ਤੇ ਤਰਸ ਕਰੇਗਾ ਸਾਰਾ ਕੁਝ ਕਹਿ ਕੇ ਨਾ ਸਾਬ ਜਿਹੜਾ ਬਚਨ ਕਹਿੰਦੇ ਕੀਰਲੀ ਜੁਗਤੀ ਕਹਿੰਦੇ ਆਠ ਪਹਿਰ ਕਰ ਜੋੜ ਰੱਖੋ ਤਉ ਪੀਟੈ ਖਰ ਰਾਏ ਰੇ ਅੱਠ ਜੁਗਤੀਆਂ ਦਸੀਆਂ ਨੇ ਅੱਠ ਤਰੀਕੇ ਨੇ ਇਹ ਸਾਰੇ ਵੱਖਰੇ ਵੱਖਰੇ ਢੰਗ ਨੇ ਕਹਿੰਦੇ ਅੱਠੇ ਪੈਰ ਖੱਤ ਜੁੜੇ ਰਹਿ ਸਾਰਾ ਕੁਝ ਕਰਕੇ ਨਾ ਸਾਬ ਕਹਿੰਦੇ ਕਦੇ ਵੀ ਮਾਨ ਅਹੰਕਾਰ ਨ ਨੇੜੇ ਆਵੇ ਸ਼ੁਰੂਵ ਕੀਤਾ ਨੇ ਦਸਰੀ ਤੋਂ ਗੱਲ ਮੁਕਾਈ ਨੇ ਆਠ ਪੈਰ ਦਾ ਮਤਲਬ ਸਦਾ ਉਹਦੇ ਪੈ ਵਿੱਚ ਰਹਿਣਾ ਭੈ ਦਾ ਮਤਲਬ ਇਹ ਪਿਆਰ ਪਰਿਆ ਪੈਵੇ ਨਿਰਮਲ ਹੋਏ ਅੰਦਰ ਦੀ ਮੈਲ ਉਤਾਰਦਾ ਏ ਭਈ ਨੀਵਾ ਰਹਿਣਾ ਡਰ ਕੇ ਰਹਿਣਾ ਕਿਸੇ ਵੀ ਅਵਸਥਾ ਤੇ ਕੋ ਪਹੁੰਚ ਆਏ ਉਹਦੇ ਅੰਦਰ ਉਨਹੀਂ ਵੱਧ ਗੁਰੂ ਤੇ ਰੱਬ ਦਾ ਡਰ ਖੋਏ ਇਹ ਚੀਜ਼ਾਂ ਕਿਉਂਕਿ ਉਹਦੀ ਦਾਤਾਂ ਮਿਲਦੀਆਂ ਉਹਦੀ ਮਿਹਰ ਨਾਲ ਨੇ ਗਵਾਸਿਆ ਪਹਿਲੇ ਇਨੇ ਆ ਨਿੱਕੀ ਨਿੱਕੀ ਗਲਤੀ ਕਰਕੇ ਸਹਿਬ ਕਹਿੰਦੇ ਤਿਸ ਹੀ ਚਾਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੇ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਰੇ ਭਾਈ ਉਹਦੇ ਸ਼ਿੰਗਾਰ ਕੀਤੇ ਉਹਦੇ ਜਪ ਤਪ ਪਾਠ ਕੀਤਾ ਚੰਗਾ ਜਿਹੜੀ ਉਹਨੂੰ ਭਾ ਗਏ ਪਤਾ ਨਹੀਂ ਉਹਨੂੰ ਕਿਹੜੀ ਗੱਲ ਭਾ ਜਾਵੇ ਤੁਮੇ ਬੇਨਤੀ ਕਰ ਰਹੇ ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੁਗਤੀਆਂ ਨਾਲ ਹੀ ਭਰੀ ਪਈਏ ਇਤਿਹਾਸ ਭਰਿਆ ਪਿਆਈ ਲੋੜ ਕੇਵਲ ਤੁਰਨ ਦੀ ਪਰ ਅੱਜ ਸ਼ਬਦ ਦੇ ਦਰਸ਼ਨ ਕਰ ਰਹੇ ਹਾਂ RAM ਕਲੀ ਰਾਗ ਅੰਦਰ ਉੱਚ ਨਾਮੇ ਸਤਿਗੁਰੂ ਕਹਿੰਦੀ ਸੀ ਜੁਗਤੀ ਪੁੱਛੀ ਤੇ ਅਗੋਂ ਨਾ ਦਿਆਲ ਹੋ ਗਏ ਜਪਣ ਵਾਲਿਆਂ ਨੂੰ ਦੱਸਣ ਨਾ ਜਿਹੜਾ ਰਾਹ ਤੇ ਤੁਰਿਆ ਸਾਹਿਬ ਕਹਿੰਦੇ ਐਵੇਂ ਨਾ ਪੁੱਛਦਾ ਫੇਰੀ ਕਿਸੇ ਵਿਦਵਾਨ ਨੂੰ ਜਿਹੜਾ ਤੁਰਿਆ ਨਹੀਂ ਪਰਮੇਸ਼ਰ ਕੋਲ ਅੱਖਰਾਂ ਦਾ ਗਿਆ ਨਹੀਂ ਕਹਿੰਦੇ ਜਿਹੜੇ ਜਪਣ ਵਾਲੇ ਉਹਨਾਂ ਨੂੰ ਅਸੀਂ ਸੰਤ ਕਹਿੰਨੇ ਆ ਸਤਿਗੁਰੂ ਸਾਰੇ ਉਹਨਾਂ ਸੰਤ ਕਿਉਂ ਕਹਿੰਦੇ ਜਿਹੜੀ ਸੰਗਤ ਹੁੰਦੀ ਏ ਆਵੋ ਸੰਤ ਪਿਆਰਿਓ ਜਿਹੜਾ ਰੱਬ ਦੇ ਰਾਹ ਤੇ ਤੁਰ ਪਿਆ ਹੈ ਜਿਹੜਾ ਜਪ ਰਿਹਾ ਹੈ ਜਿਹੜਾ ਉਹਦੀ ਬੰਦਗੀ ਕਰ ਰਿਹਾ ਹੈ ਕਹਿੰਦੇ ਉਹ ਪੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਰੱਬ ਦੇ ਪਿਆਰੇ ਦਿਆਲ ਹੋਗੇ ਤੋ ਉਹਨਾਂ ਮੈਨੂੰ ਗੱਲ ਦੱਸੀ ਪਿੱਤਾਨ ਨੂੰ ਦਸੀਏ ਕੀ ਕਰਨਾ ਚਾਹੀਦਾ ਕਿਹੜੀ ਜੁਗਤੀ ਅਪਣਾਈਏ ਕਿਹੜਾ ਨਾਮ ਲਈਏ ਕਹਿੰਦੇ ਸਰਬ ਧਰਮ ਮਾਨੋ ਤੇ ਕੀਏ ਜਿਹਹ ਪ੍ਰਭ ਕੀਰਤ ਗਾਈ ਕਹਿੰਦੇ ਮੰਨ ਲਓ ਉਹਨੇ ਸਾਰੇ ਧਰਮ ਦੇ ਕੰਮ ਕਰ ਲੈ ਜਿਹੜਾ ਵਾਹਿਗੁਰੂ ਦਾ ਜਸ ਕਰਦਾ ਹੈ ਅੱਠੇ ਪੈਰ ਉਹਦਾ ਜਸ ਕਰੀਏ ਵਾਦ ਤੋਂ ਵਾਦ ਤੇਰਾ ਬੰਦਾ ਜਸ ਬੰਦਗੀ ਨਹੀਂ ਕਰਦਾ ਹੋਰ ਸਾਰੇ ਧਰਮ ਦੇ ਕਰਮ ਕਰੀ ਜਾਂਦਾ ਹੈ ਕਹਿੰਦਾ ਇੱਧਰ ਥੋੜਾ ਜਾਂ ਮੈਂ ਢਿੱਲਾ ਹੀ ਆਂ ਚੁਰੂਨੀ ਹੋਈ ਜੇ ਭਗਤੀ ਨਹੀਂ ਬੰਦਗੀ ਨਹੀਂ ਤੇ ਬਾਕੀ ਸਹਿਬ ਕਹਿੰਦੇ ਕੁਝ ਵੀ ਨਹੀਂ ਇਸ ਕਰਕੇ ਸਹਿਬ ਦਾ ਬਚੇ ਨੀ RAM ਨਾਮ ਨਰ ਨਿਸ ਬਾਸੁਰ ਮੈਂ ਨਿਮਕ ਇੱਕ ਉਰਤਾਰੈ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਦਿਨ ਰਾਤ ਇਹਨਾਂ ਜਪ ਕੇ ਇੱਕ ਨਿਮਕ ਜਿਤਨਾ ਸਮਾਂ ਵੀ ਇਹ ਤੈਨੂੰ ਵਿਸਰੇ ਨਾ ਇਹਦੇ ਨਾਲ ਕਹੇਗਾ ਜਮ ਕੋ ਤਰਾਸ ਮਿਟੇ ਨਾਨਕ ਤੇਹ ਆਪਣੋ ਜਨਮ ਸਵਾਰੈ ਜਮਾ ਦਾ ਭੈ ਮੁੱਕ ਜਾਏਗਾ ਜਨਮ ਸਵਾਰ ਲਵਾਂਗੇ ਮਾੜੇ ਕਰਮ ਨਹੀਂ ਕਰਨੇ ਤੇ ਜਮਾ ਨੇ ਆਪ ਹੀ ਨਹੀਂ ਆਉਣਾ ਅਗਲੇ ਸ਼ਬਦ ਅੰਦਰ ਸਤਿਗੁਰੂ ਜੀ ਫੇਰ ਕਿਰਪਾ ਕਰਕੇ ਕਹਿੰਦੇ ਪ੍ਰਾਨੀ ਨਾਰਾਇਣ ਸੋਧ ਲੈ ਕਹਿੰਦੇ ਤੂੰ ਸਦਾ ਖਬਰ ਰੱਖਦਾ ਵੀ ਪੈਸਾ ਕਿੱਥੋਂ ਆ ਸਕਦਾ ਸਦਾ ਖਬਰ ਰੱਖਦਾ ਹੈ ਵੀ ਬਾਲ ਬੱਚਿਆਂ ਨੂੰ ਕਿੱਥੋਂ ਚੰਗੀ ਵਿਦਿਆ ਮਿਲ ਸਕਦੀ ਹੈ ਇਹ ਤੈਨੂੰ ਸਾਰੀਆਂ ਖਬਰਾਂ ਨਹੀਂ ਅਸਲੀ ਖਬਰ ਰੱਖ ਪਈ ਨਾਰਾਇਣ ਦਾ ਵਾਹਿਗੁਰੂ ਦਾ ਨਾਮ ਲੈਣਾ ਉਹ ਨਾ ਭੁੱਲ ਜਾਵੇ ਸਾਬ ਕਹਿੰਦੇ ਤੈਨੂੰ ਪਤਾ ਛਿਨ ਛਿਨ ਔਦ ਕਟੈ ਨਿ ਸੁਬਾਸਰ ਬਿਰਥਾ ਜਾਤ ਕੈ ਦੇ ਰਹਾਓ ਇੱਕ ਇੱਕ ਛਿਨ ਛਿਨ ਕਰਕੇ ਉਮਰ ਘਟ ਰਹੀ ਏ ਇਕੱਠੀ ਦਿਨ ਨਾ ਕੱਟਦੀ ਇੱਕ ਸਾਲ ਕੱਟ ਗਿਆ ਪਲ ਪਲ ਕਰਕੇ ਦਿਨ ਰਾਤ ਕਰ ਕਰਕੇ ਉਮਰ ਘਟ ਰਹੀ ਏ ਤੇ ਜੇ ਨਾਮ ਨਾ ਜਪਿਆ ਤੇ ਦੇਖੀ ਦਾ ਸਮਾਂ ਤੂੰ ਐਵੇਂ ਗਵਾ ਲਿਆ ਦੇਖ ਤਰਨ ਆਪੂ ਵਿਖਿਆਨ ਸਿਓ ਖੋਇਆ ਜਵਾਨੀ ਤੂ ਵਿਕਾਰਾਂ ਵਿੱਚ ਖੋ ਲਈ ਤਰਨ ਆਪੂ ਵਿਖਿਆਨ ਸੋ ਖੋਇਓ ਖੋਇਓ ਦਾ ਮਤਲਬ ਖਰਾਬ ਕੀਤਾ ਨਾਸ ਕੀਤਾ ਜਵਾਨੀ ਵਿਸ਼ੇ ਵਿਕਾਰਾਂ ਵਿੱਚ ਭੋਗ ਕੇ ਲੰਘੀ ਬਾਲਪਨ ਅਗਿਆਨਾ ਬਚਪਨ ਵਿੱਚ ਵੈਸੇ ਗਿਆਨ ਨਹੀਂ ਸੀ ਅਨਜਾਨ ਪੁਣਾ ਸੀ ਬਿਰਧ ਭਇਓ ਅਜ ਹੁਣ ਨਹੀਂ ਸਮਝੈ ਕੌਣ ਕਮਤ ਉਰਜਾਨਾ ਬੁਢਾਪਾ ਆ ਗਿਐ ਅਜੇ ਵੀ ਧਿਆਨ ਰੱਬ ਵੱਲ ਕੋਈ ਨਹੀਂ ਕਹਿਣ ਲੱਗੇ ਖੁਰੇ ਕਿਹੜੀ ਐੜੀ ਮਤ ਵਿਚ ਮਾਨ ਨੇ ਉਲਜਾਇਆ ਕੋਇ ਮਾਨਸ ਜਨਮ ਦਿਓ ਜੇ ਠਾਕੁਰ ਸੋਤੈ ਕਿਉਂ ਵਿਸਰਾਇਓ ਜਿਸ ਰੱਬ ਨੇ ਦਿੱਤੀ ਏ ਮਨੁੱਖਾ ਦੇ ਕਿਸੇ ਕਾਜਲੀ ਨੂੰ ਭੁੱਲ ਕਿਵੇਂ ਤੂੰ ਗਿਆ ਮੁਕਤ ਹੋਤ ਨਰ ਜਾਕੈ ਸਿਮਰੈ ਨਿਮਕਨ ਤਾਕੂ ਗਾਇਓ ਜਿਹੜੇ ਵਾਹਿਗੁਰੂ ਨੇ ਮੁਕਤੀ ਦੇਣੀ ਸੀ ਉਹਨੂੰ ਨਿਮਕ ਜਿਤਨਾ ਸਮਾਂ ਵੀ ਨਹੀਂ ਗਾਇਆ ਸਤਿਗੁਰੂ ਨਿਮਕ ਦੀ ਗੱਲ ਬਹੁਤ ਕਰਦੇ ਨੇ ਮੈਂ ਕਿਸੇ ਦਿਨ ਬੇਨਤੀ ਕਰਾਂਗਾ ਨਿੰਮਖ ਦਾ ਕੀ ਮਤਲਬ ਹੈ ਵੈਸੇ ਤਾਂ ਨਿੰਮਖ ਦਾ ਮਤਲਬ ਹੈ ਇੱਕਦਮ ਥੋੜਾ ਜਿਹਾ ਸਮੇਂ ਦਾ ਕਿੱਸਾ ਛੋਟੇ ਚ ਛੋਟਾ ਹੈ ਪਰ ਕੀ ਉਹਨੇ ਕੋ ਸਮੇਂ ਵਿੱਚ ਨਾਮ ਜਪ ਕੇ ਤਰ ਜਾਈਦਾ ਹੈ ਕਿ ਜਾਉ ਨਿੰਮਖ ਲਿਆਉਣਾ ਪੈਂਦਾ ਹੈ ਜ਼ਿੰਦਗੀ ਦੇ ਅੰਦਰ ਉਹ ਆਪਾਂ ਲਿਆ ਸਕਦੇ ਹਾਂ ਕਿ ਸਤਿਗੁਰੂ ਜੀ ਲੈ ਕੇ ਹੁੰਦੇ ਨੇ ਅਬ ਫਿਰ ਕਿਸੇ ਦਿਨ ਦਰਸ਼ਨ ਕਰਾਂਗੇ ਤੋਂ ਸਾਬ ਕਹਿੰਦੇ ਮਾਇਆ ਕੂ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ ਮਾਇਆ ਦਾ ਕਦਾ ਹੰਕਾਰ ਕਰਨਾ ਅਜੇ ਤੱਕ ਕਿਸੇ ਦੇ ਨਾਲ ਨਹੀਂ ਗਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਖ ਅੰਤ ਸਹਾਈ ਕਹਿੰਦੇ ਉਹ ਸਾਰੀਆਂ ਚਿੰਤਾ ਦੂਰ ਕਰਨ ਵਾਲਾ ਵਾਹਿਗੁਰੂ ਉਹਨੂੰ ਚੇਤਾ ਕਰ ਉਹਨੇ ਸਹਾਈ ਖੋਣਾ ਹੀ ਤੋ ਆਉ ਗੁਰੂ ਕੇ ਪਿਆਰਿਓ ਜੁਗਤੀਆਂ ਸਤਿਗੁਰੂ ਜੀ ਕਹਿੰਦੇ ਅੰਦਰੂ ਭਾਗਾਂ ਵਾਲੇ ਨੇ ਜਿਹੜੇ ਜੁਗਤੀ ਪੁੱਛਦੇ ਨੇ ਭਗਤੀ ਦਾ ਰੰਗ ਚਾੜਨ ਲਈ ਕਰਮਾਂ ਵਾਲੀ ਅਰੂਆਂ ਜਿਹੜੇ ਚਾਹੁੰਦੇ ਨੇ ਅੰਦਰੋਂ ਭੈੜੀ ਮਤ ਖਤਮ ਹੋਵੇ ਪਰ ਇਥੇ ਰੁਕ ਜਾਣਾ ਫਿਰ ਪਿਆਰੋ ਭਲਾ ਨਹੀਂ ਜੁਗਤੀਆਂ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਦੱਸਦੇ ਨੇ ਬਾਣੀ ਅੰਦਰ ਉਹਨਾਂ ਨੂੰ ਸੁਣ ਕੇ ਮੰਨਣਾ ਤੇ ਮੰਨ ਕੇ ਤੁਰ ਪੈਣਾ ਫਿਰ ਕੀ ਇਹ ਜ਼ਿੰਦਗੀ ਨੂੰ ਭਾਗ ਲੱਗ ਦੇ ਕਣ ਸਤਿਗੁਰੂ ਜੀ ਤਰਸ ਕਰਨ ਸਾਥ ਆਪ ਕੀ ਆਪਣੇ ਬਚਨਾਂ ਦੀ ਪਾਲਣਾ ਕਰਵਾ ਲੈਣ ਇੰਨੇ ਬਚਨ ਪ੍ਰਵਾਨ ਕਰਨੇ ਜੀ ਭੁੱਲ ਚੁੱਕ ਦੀ ਖਿਮਾ ਕਰਨੀ ਫਤਿਹ ਬਲਾਓ ਵਾਜੁਰਜੀਕਾ ਖਾਲਸਾ ਵਾਜੁਰਜੀਕੀ ਫਤਿਹ